ਵੈਲਿਊਏਟ ਕਰਨ ਨੂੰ ਕਿ ਆਇਆ ਸਭ ਤੋਂ ਪਹਿਲਾਂ ਸਾਡੀ ਇਹ ਸ਼ਰਤ ਹੋਣੀ ਚਾਹੀਦੀ ਆ ਕਿ ਪਾਵਰਾਂ ਜਿਹੜੇ ਸਾਰੀਆਂ ਪੋਜ਼ਿਟਿਵ ਵਿੱਚ ਹੋਣ ਜੇਕਰ ਪਾਵਰ 네ਗੇਟਿਵ ਦੇ ਵਿੱਚ ਆ ਉਹ ਪਾਵਰ ਥੱਲੇ ਤੋਂ ਉੱਪਰ ਲੈ ਕੇ ਜਾਣਾ ਹੁੰਦਾ ਉਹ ਪੋਜ਼ਿਟਿਵ ਵਿੱਚ ਹੋ ਜਾਣੀ ਜੇਕਰ ਪਾਵਰ ਉੱਪਰ ਲੱਗੀ ਆ ਤੇ ਫਿਰ ਉਸ ਨੂੰ ਅਸੀਂ 8 8 ਦੀ ਪਾਵਰ -1 ਨੂੰ نیچے ਲੈ ਕੇ ਜਾਵਾਂਗੇ ਇਸ ਤਰੀਕੇ ਨਾਲ ਇਹ ਪੋਜ਼ਿਟਿਵ ਵਿੱਚ ਹੋ ਜਾਊਗੀ ਤੇ ਜਿਹੜੀ ਪਹਿਲਾਂ ਹੀ ਪੋਜ਼ਿਟਿਵ ਵਿੱਚ ਆ ਉਹਨੂੰ ਇਦਾਂ ਹੀ ਰਹਿਣ ਦਿਓ ਜਿਦਾ 5 ਦੀ ਪਾਵਰ 3 ਹੈ ਪੋਜ਼ਿਟਿਵ ਵਿੱਚ ਹੈ ਇਹ ਆਪਣੀ ਹੀ ਪਲੇਸ ਤੇ ਰਹੂਗੀ 2 ਜਿਹੜਾ ਉਹ ਉੱਪਰ ਜਾਏਗਾ ਕਿਉਂਕਿ ਇਹਦੀ ਪਾਵਰ 네ਗੇਟਿਵ ਵਿੱਚ ਆ ਜੇਕਰ نیچے ਆ ਪਾਵਰ ਤੇ ਉਹਨੂੰ ਉੱਪਰ ਲੈ ਜਾਓ ਜੇਕਰ ਪਾਵਰ ਉੱਪਰ ਆ ਤੇ ਉਹਨੂੰ نیچے ਪੋਜ਼ੀਟਿਵ ਕਰਨ ਵਾਸਤੇ ਇਸੇ ਤਰੀਕੇ ਨਾਲ ਜਿਹੜਾ 1 ਆ ਪੋਜ਼ੀਟਿਵ ਦਾ ਹੋ ਜਾਊਗਾ ਉਸ ਤੋਂ ਬਾਅਦ ਕੀ ਸਟੈਪ ਆ ਸਾਡਾ ਕਿ ਜਿੱਦਾਂ ਹੁਣ 2 ਦੀ ਪਾਵਰ 4 ਆ 2 ਨੂੰ ਅਸੀਂ 4 ਵਾਰ ਮਲਟੀਪਲਾਈ ਕਰਕੇ ਲਿਖ ਲਾਂਗੇ نیچے 8 ਦੀ ਪਾਵਰ 1 8 ਨੂੰ ਇਸੇ ਤਰੀਕੇ ਨਾਲ ਰਹਿਣ ਦਿਓ ਸੋ ਇਹਨਾਂ ਦੀ ਕਟਿੰਗ ਜਿਹੜੀ ਉਹ ਹੋ ਸਕਦੀ ਆ ਇਹ ਕੱਟੇ ਗਏ ਸਾਡੇ ਕੋਲ 5 ਦੀ ਪਾਵਰ 3 ਔਰ 2 ਬਚ ਗਏ ਤੇ 5 ਦੀ ਪਾਵਰ 3 ਨੂੰ ਤਿੰਨ ਵਾਰ ਮਲਟੀਪਲਾਈ ਪਾ ਕੇ ਲਿਖ ਲੈਣਾ ਤੇ ਇਹ 2 ਠੀਕ ਹੈ ਇਹਨਾਂ ਨੂੰ ਮਲਟੀਪਲਾਈ ਕਰਨ ਤੋਂ ਬਾਅਦ 250 ਆਨਸਰ ਆ ਜਾਏਗਾ ਸੈਕੰਡ ਪਾਰਟ ਨੂੰ ਕਿੱਦਾਂ ਕਰਨਾ ਹੈ ਤੁਸੀਂ ਇਹਦੇ ਵਿੱਚ ਪਾਵਰਸ ਹੈਗੀਆਂ ਨੈਗੇਟਿਵ ਦੇ ਵਿੱਚ ਸੋ ਇਹਨਾਂ ਦਾ ਰੈਸੀਪਰੋਕਲ ਕਰਨਾ ਆ ਇਹਨਾਂ ਦਾ ਰੈਸੀਪਰੋਕਲ ਕਰਨ ਵਾਸਤੇ ਡਿਨੋਮੀਨੇਟਰ ਜਿਹੜਾ ਹੈਗਾ ਉਹਦੇ نیچے ਅਸੀਂ 1 ਲਗਾ ਲਾਂਗੇ ਹੁਣ 5/1 ਨਾ 1/5 ਕਰ ਦਾਂਗੇ ਪਾਵਰ ਜਿਹੜੀ ਪੋਜ਼ਿਟਿਵ ਵਿੱਚ ਹੋ ਜੇਗੀ ਇਹਦਾ ਵੀ 1/2 ਕਰ ਦਾਂਗੇ ਤੇ ਇਹਦਾ 1/6 ਕਰ ਦਾਂਗੇ ਪਾਵਰ ਉੱਪਰ ਪੋਜ਼ਿਟਿਵ ਦੀ ਹੋ ਗਈ ਆ 1 1 1 ਸਾਰੇ ਪੋਜ਼ਿਟਿਵ ਦੇ ਹੋ ਗਏ ਆ ਮੈਂ 1 ਤਾਂ ਨਹੀਂ ਲਗਾਏ ਕਿਉਂਕਿ 1 ਲਗਾਉਣ ਦੀ ਲੋੜ ਨਹੀਂ ਹੁੰਦੀਗੀ ਸੋ ਪਹਿਲਾਂ ਬ੍ਰੈਕਟ ਸੋਲਵ ਕਰਦੇ ਆ ਮਲਟੀਪਲਾਈ ਦਾ ਸਾਈਨ ਹੈਲਸੀਮ ਲੈਂਨ ਦੀ ਲੋੜ ਨਹੀਂ ਆ 1 ਨੂੰ 1 ਨਾਲ ਮਲਟੀਪਲਾਈ ਕੀਤਾ 1 ਆ ਗਿਆ 5 ਨੂੰ 2 ਨਾਲ ਕੀਤਾ 10 ਆ ਗਿਆ ਫਿਰ 1 ਨੂੰ 1 ਨਾਲ ਮਲਟੀਪਲਾਈ ਕੀਤਾ 1 10 ਨੂੰ 6 ਨਾਲ ਮਲਟੀਪਲਾਈ ਕੀਤਾ 60